बहुत सारिया नौजवान जथेबंदियां बहुत सारे नौजवान पंजाब तो कोने कोने तक इकट्ठे होके इत्थे आ के वह तुसीं वेख सकदे हो पिछले पासे के जलियांवाले बाग के सामने बैठ के वह धरना दे रहे हैं। उन्हां दी मंग आ कि बिल्कुल भी जिहड़ा है ये जलियांवाला बाग जिहड़ा वह लोकां नूं बंद कराया जाए हैं ਕਿਹਨੂੰ ਕਹਿ ਰਹੇ ਆਪਾਂ ਨੂੰ ਕਹਿ ਰਹੇ ਅੱਛਾ ਜਲਿਆਂਵਾਲੇ ਬਾਗ ਦਾ ਜਿਹੜਾ ਵਰਚੁਅਲੀ ਉਦਘਾਟਨ ਆ ਉਹ ਨਹੀਂ ਕਰ ਸਕਦਾ ਮੋਦੀ ਸਰਕਾਰ ਕਿਉਂਕਿ ਮੋਦੀ ਸਰਕਾਰ ਇੱਕ ਫਾਸ਼ੀਵਾਦੀ ਸਰਕਾਰ ਆ ਔਰ ਉਹਨਾਂ ਦਾ ਇਹ ਕਹਿਣਾ ਕਿ ਮੋਦੀ ਸਰਕਾਰ ਨੇ ਲਗਾਤਾਰ ਲੋਕ ਵਿਰੋਧੀ ਫੈਸਲੇ ਲਏ ਆ ਹੁਣ ਤਿੰਨ ਕਾਲੇ ਕਾਨੂੰਨ ਬਣਾ ਕੇ ਵੀ ਉਹਨਾਂ ਨੇ ਲੋਕ ਵਿਰੋਧੀ ਫੈਸਲਾ ਲਿਆ ਤਾਂ ਮੋਦੀ ਨੂੰ ਕੋਈ ਹੱਕ ਨਹੀਂ ਹੈ ਕਿ ਜਲਿਆਂਵਾਲੇ ਬਾਗ 'ਤੇ ਉਹ ਆਪਣਾ ਹੱਕ ਜਮਾਵੇ। ਤਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਨੇ ਜਿਹੜਾ ਦਰਬਾਰ ਸਾਹਿਬ ਨੂੰ ਜਾਂਦਾ ਰਿਹਾ ਉੱਥੇ ਬੈਰੀਕੇਡ ਕਰਦੇ ਆ ਨਾਲ ਦੀ ਨਾਲ ਹੀ ਕੰਡਿਆਲੀ ਤਾਰ ਵੀ ਵਿਛਾਈ ਜਾ ਰਹੀ ਹੈ। ਤਾਂ ਤੁਸੀਂ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਕਿ ਦਰਬਾਰ ਸਾਹਿਬ ਨੂੰ ਜਿਹੜਾ ਰਾਹ ਜਾਂਦਾ ਸਿੱਧਾ ਜਿਹੜਾ ਜਲਿਆਂਵਾਲੇ ਬਾਗ ਨੂੰ ਰਾਹ ਜਾਂਦਾ ਔਰ ਇਸ ਪਾਸੋਂ ਦਰਬਾਰ ਸਾਹਿਬ ਵੱਲ ਨੂੰ ਰਾਹ ਜਾਂਦਾ ਕੰਡਿਆਲੀ ਤਾਰ ਵਿਛਾਈ ਜਾ ਰਹੀ ਹੈ। ਉਹਦੇ ਨਾਲ ਦੀ ਨਾਲ ਜਿਹੜਾ ਦੁਕਾਨਾਂ ਵੀ ਬੰਦ ਕਰਵਾਈਆਂ ਜਾਂਦੀਆਂ ਜਿਹੜਾ ਪੂਰਾ ਜਿਹੜਾ ਏਰੀਆ ਉਹ ਸੀਲ ਕੀਤਾ ਜਾ ਰਿਹਾ। ਅਸੀਂ ਪ੍ਰੈਸ ਤੋਂ ਆਏ ਨਹੀਂ ਨਹੀਂ ਪ੍ਰੈਸ ਨਹੀਂ ਨਹੀਂ ਸਰ ਦੇਖੋ ਪ੍ਰੈਸ ਨੂੰ ਬਾਹਰ ਕੀਤਾ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਸਿੱਧਾ ਬਾਹਰ ਕਰੋ ਪ੍ਰੈਸ ਨੂੰ ਬਾਹਰ ਕੀਤਾ ਜਾ ਰਿਹਾ ਜੀ ਨਹੀਂ तस्वीर ਤੁਸੀਂ ਦੇਖ ਸਕਦੇ ਹੋ ਕਿ ਪ੍ਰੈਸ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾ ਰਿਹਾ ਹੈ। ਕਿਹੜੇ ਪੰਜਾਬੀ ਕੌਮ ਦੇ ਵਾਰਸ ਆ ਪੱਗਾਂ ਬੰਨ ਕੇ ਕੀ ਸਿੱਖੀ ਬਚਾ ਰਹੇ ਨੇ ਪੁਲਿਸ ਮੁਲਾਜ਼ਮ। ਤੁਸੀਂ ਦੇਖੋ ਕਿ ਪੱਤਰਕਾਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਜਿਹੜੇ ਨੌਜਵਾਨ ਜਲਿਆਂਵਾਲੇ ਬਾਗ ਦੀ ਇਮਾਰਤ ਨੂੰ ਬਚਾ ਰਹੇ ਨੇ। ਕੋਈ ਰੀਜ਼ਨ ਦੱਸੋ ਤੁਸੀਂ ਲਾਈਵ ਦੇਖ ਸਕਦੇ ਹੋ ਇਹ ਤਸਵੀਰਾਂ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਕਾਰਡ ਲਾਓ ਨਾ ਤੁਸੀਂ ਕਰੋ ਕਾਰਡ ਹੈਗਾ ਸਾਡੇ ਕੋਲ ਸ਼ੋਅ ਕਰੋ ਨਾ ਆਪਣਾ ਸ਼ੋਅ ਕਰ ਦਿੰਦੇ ਆ ਪਰਮਿਸ਼ਨ ਲਾਓ ਪਰਮਿਸ਼ਨ ਲਾਓ ਤੇ ਆਪਣੀ ਇਹ ਪਰਮਿਸ਼ਨ ਕਿੱਥੋਂ ਲਈ ਜਾਈਏ ਕਿੱਥੋਂ ਲਈ ਇਹ ਦੇਖੋ ਧੱਕੇ ਮਾਰ ਕੇ ਪ੍ਰੈਸ ਨੂੰ ਬਾਹਰ ਕੀਤਾ ਜਾ ਰਿਹਾ ਤੇ ਕੰਡੇ ਵਾਲੀ ਤਾਰ ਵਿਛਾਈ ਜਾ ਰਹੀ ਆ। ਕੀ ਇੰਨਾ ਹੰਕਾਰ ਆ ਜਿਹੜਾ ਪੁਲਿਸ ਦੇ ਕਿਸ ਕਿਸ ਚੀਜ਼ ਦਾ ਹੰਕਾਰ ਆ ਇਸ ਪੁਲਿਸ ਨੂੰ। ਸੋ ਜਲਿਆਂਵਾਲੇ ਬਾਗ ਦੀ ਇਮਾਰਤ ਨੂੰ ਜਿਹੜੇ ਨੌਜਵਾਨ ਬਚਾਉਣ ਜਾ ਰਹੇ ਆ ਉਹਨਾਂ ਨੂੰ ਚਾਰੇ ਪਾਸੋਂ ਘੇਰਾ ਪਾਇਆ ਤੇ ਪ੍ਰੈਸ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾ ਰਿਹਾ। ਸਾਰੀ ਪ੍ਰੈਸ ਆ ਜਿਹੜੀ ਉਹ ਬਾਹਰ ਕੀਤੀ ਹੋਈ ਆ, ਸਿਰਫ ਉਹ ਪ੍ਰੈਸ ਜਿਹਨੂੰ ਪੁਲਿਸ ਚਾਹੁੰਦੀ ਆ ਉਹ ਆਵੇ, ਉਸੇ ਪ੍ਰੈਸ ਨੂੰ ਅੱਗੇ ਭੇਜਿਆ ਜਾ ਰਿਹਾ। ਸੋ ਲਾਈਵ ਤਸਵੀਰਾਂ ਨਾਲ ਫਿਰ ਵੀ ਤੁਹਾਨੂੰ ਜੋੜਾਂਗੇ, ਸਾਡੀ ਆਵਾਜ਼, ਲੋਕਾਂ ਦੀ ਆਵਾਜ਼, ਨੌਜਵਾਨਾਂ ਦੀ ਆਵਾਜ਼ ਤੁਸੀਂ ਅੱਗੇ ਪਹੁੰਚਾਉਣੀ ਆ। ਜਿੰਨਾ ਕੁ ਫਰਜ਼ ਸਾਡਾ ਅਸੀਂ ਨਿਭਾ ਰਹੇ ਹਾਂ, ਜਿੰਨਾ ਕੁ ਫਰਜ਼ ਤੁਹਾਡਾ ਜੋ ਘਰਾਂ ਦੇ ਵਿੱਚ ਬੈਠੇ ਦੇਖ ਰਹੇ ਹੋ ਉਹ ਫਰਜ਼ ਜ਼ਰੂਰ ਨਿਭਾਓ ਤਾਂ ਕਿ ਜੋ ਪੰਜਾਬ ਦੀ ਜਿਹੜੀ ਵਿਰਾਸਤ ਆ, ਜੋ ਸਾਡੀ ਸਿੱਖੀ ਵਿਰਾਸਤ ਆ, ਜੋ ਸਾਡੇ ਸ਼ਹੀਦਾਂ ਦੀ ਵਿਰਾਸਤ ਆ, ਜੋ ਜਲਿਆਂਵਾਲੇ ਬਾਗ ਦੀ ਵਿਰਾਸਤ ਆ, ਉਹਨੂੰ ਬਚਾਇਆ ਜਾ ਸਕੇ। ਸੋ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਲਾਈਵ ਕੇ ਪ੍ਰੈਸ ਨੂੰ ਵੀ ਰੋਕਿਆ ਜਾ ਰਿਹਾ ਰਿਪੋਰਟਿੰਗ ਕਰਨ ਤੋਂ। ਜਿਹੜਾ ਹੈ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਰਾਹ ਨੂੰ ਬੈਰੀਕੇਡ ਲਗਾ ਦਿੱਤੇ ਗਏ ਨੇ। ਬਹੁਤ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਬੁਲਾਈ ਗਈ ਹੈ, ਕਮਾਂਡੋ ਵੀ ਬੁਲਾਏ ਗਏ ਨੇ ਔਰ ਕੰਡਿਆਲੀ ਤਾਰ ਜਿਹੜੀ ਆ, ਜਿਹੜਾ ਰਾਹ ਇੰਨੀ ਪਵਿੱਤਰ ਜਗ੍ਹਾ ਨੂੰ ਜਾਂਦਾ ਹੋਵੇ ਉੱਥੇ ਪੁਲਿਸ ਨੇ ਆਪਦੀ ਸ਼ਰੇਆਮ ਜਿਹੜੀ ਗੁੰਡਾਗਰਦੀ ਵਿਖਾਈ ਆ, ਪ੍ਰੈਸ ਨੂੰ ਵੀ ਧੱਕੇ ਮਾਰੇ ਆ। ਸਾਨੂੰ ਉਸ ਜਗ੍ਹਾ ਵਿੱਚੋਂ ਬਾਹਰ ਕੀਤਾ, ਰਿਪੋਰਟਿੰਗ ਨਹੀਂ ਕੀਤੀ ਜਾ ਰਹੀ, ਕਰਨ ਦਿੱਤੀ ਜਾ ਰਹੀ ਔਰ ਨਾਲ ਦੀ ਨਾਲ ਬਹੁਤ ਵੱਡੇ ਪੱਧਰ 'ਤੇ ਬੈਰੀਕੇਡਿੰਗ ਤੁਸੀਂ ਵੇਖ ਸਕਦੇ ਹੋ ਕਿ ਲਗਾਈ ਜਾ ਰਹੀ ਹੈ, ਕੰਡਿਆਲੀ ਤਾਰ ਤੱਕ ਵਿਛਾਈ ਜਾ ਰਹੀ ਹੈ। ਤਾਂ ਜਿਹੜਾ ਕਹਿ ਰਿਹਾ ਕਿ ਲੋਕ ਅਰਪਣ ਕਰਨਾ, ਤਾਂ ਫਿਰ ਲੋਕਾਂ ਨੂੰ ਤਾਂ ਦੂਰ ਕੀਤਾ ਜਾ ਰਿਹਾ, ਤਾਂ ਲੋਕ ਕਿਹਨੂੰ ਅਰਪਣ ਕਰਨਾ? ਇਹ ਸਭ ਕਾਸ ਲਈ ਹੋ ਰਿਹਾ ਤਾਂ ਸਾਰੇ ਮੋਦੀ ਸਰਕਾਰ ਦੇ ਮੰਛੇ ਜ਼ਾਹਰ ਹੁੰਦੇ ਆ ਇਸ ਗੱਲ ਨੂੰ, ਜਿਹੜਾ ਮੋਦੀ ਸਰਕਾਰ ਨੂੰ ਸਿਆਸੀ ਨੁਕਸਾਨ ਵੀ ਹੋ ਸਕਦਾ, ਪਰ ਫਿਰ ਵੀ ਇਸ ਗੱਲ ਲਈ ਤਿਆਰ ਨੇ। ਤਾਂ ਅਸੀਂ ਫਿਰ ਵੀ ਕੁਛ ਦੂਰੀ 'ਤੇ ਖੜਿਆ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਉਂਦੇ ਰਹਾਂਗੇ। ਸਿੱਧਾ ਜਿਹੜਾ ਜਲਿਆਂਵਾਲੇ ਬਾਗ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੀਆਂ ਧਾੜਾਂ ਉਹ ਜਾ ਰਹੀਆਂ ਨੇ, ਜਿਹੜੇ ਨੌਜਵਾਨ ਨੇ ਉੱਥੇ ਹਜੇ ਵੀ ਧਰਨਾ ਦੇ ਕੇ ਬੈਠੇ ਹੋਏ ਨੇ, ਪ੍ਰੈਸ ਨੂੰ ਰਿਪੋਰਟਿੰਗ ਕਰਨ ਤੋਂ ਰੋਕਿਆ ਜਾ ਰਿਹਾ ਔਰ ਸਾਰੀ ਦੀ ਸਾਰੀ ਜਿਹੜੀ ਇਲਾਕੇ ਦੀਆਂ ਦੁਕਾਨਾਂ ਨੇ ਇਸ ਜਿਹੜੀ ਹੈਰੀਟੇਜ ਸਟਰੀਟ ਆ ਜਿਹੜੀ ਇਹਦੀਆਂ ਦੁਕਾਨਾਂ ਉਹਨਾਂ ਨੂੰ ਵੀ ਬੰਦ ਕਰਵਾਇਆ ਜਾ ਰਿਹਾ ਔਰ ਇਹ ਲੱਗਦਾ ਕਿ ਪੁਲਿਸ ਕੋਈ ਵੀ ਜਿਹੜਾ ਚਾਂਸ ਨਹੀਂ ਲੈਣਾ ਚਾਹੁੰਦੀ, ਕੋਈ ਨਾ ਕੋਈ ਜਿਹੜਾ ਉਹ ਵੱਡੀ ਕਾਰਵਾਈ, ਕੋਈ ਸਖਤ ਕਾਰਵਾਈ ਉਹ ਨੌਜਵਾਨਾਂ 'ਤੇ ਉਹ ਕਰਨਾ ਚਾਹੁੰਦੀ ਹੈ। ਤਾਂ ਕੋਸ਼ਿਸ਼ ਕਰਾਂਗੇ ਸਾਰੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਂਦੇ ਰਹੀਏ ਲਾਈਵ। ਸੋ ਜੁੜੇ ਰਹੋ ਦੁਨੀਆ ਦੇ ਨਾਲ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।